ਲਓ ਜੀ ਔਨ ਦਾ ਵੇ ਟੂ ਆਸਟ੍ਰੇਲੀਆ ਰਾਈਟ ਨਾਓ ਆਪਾਂ ਹੈਗੇ ਹਾਂ ਰਾਹ ਦੇ ਵਿੱਚ ਕੌਫੀ ਵਾਲੇ ਦੇ ਅਤੇ ਸੋਨਮ ਜੀ ਜਿਹੜੀ ਕੌਫੀ ਪੀ ਰਹੇ ਆ ਨਾ ਉਹ ਕੌਫੀ ਹੈਗੀ ਆ ਇਹ ਆਹਾ ਇਹ ਇੱਥੇ ਕਰਕੇ ਆ ਕੁਛ ਆ ਇਹ ਹੈਗੀ ਆ ਬਰਡ ਪੂਪ ਵੀ ਮੈਨੂੰ ਹੁਣ ਪਤਾ ਲੱਗਿਆ ਹਾਂ ਮਤਲਬ ਮੈਂ ਨਹੀਂ ਇੱਕ ਮੈਂ ਪੰਜਾਬੀ ਚ ਅਨੁਵਾਦ ਕਰਦਾ ਉਹਨੂੰ ਚੈਰੀ ਖਿਲਾਉਂਦੇ ਆ ਫਿਰ ਉਹ ਕਰਦੀ ਆ ਟੱਟੀ ਫਿਰ ਉਹਨੂੰ ਧੋਂਦੇ ਆ ਧੋ ਕੇ ਉਹਦੀ ਕੌਫੀ ਬਣਾਈ ਜਾਂਦੀ ਆ ਉਹ ਕੌਫੀ ਅੱਜ ਸੋਨਮ ਜੀ ਪੀ ਰਹੇ ਨੇ ਸੋਨਮ ਜੀ ਤੁਸੀਂ ਪਲੀਜ਼ ਦੱਸਣਾ ਕਿਦਾਂ ਉਹਨੇ ਸਿਰਫ ਇੰਨੀ ਗੱਲ ਕਹਿਤੀ ਕਹਿੰਦਾ ਵੀ ਸਕਿਨ ਸਕੁਨ ਲਈ ਇਹ ਬਹੁਤ ਵਧੀਆ ਵਾ ਤੇ ਬਸ ਇਹਨੇ ਨਾਲ ਹੀ ਕਹਿੰਦਾ ਕਹਿੰਦੇ ਕੈਰੀ ਔਨ ਜੱਟਾ ਚੱਕ ਦੋ ਕੰਮ ਨੂੰ ਚੱਕ ਦੋ ਸੋ ਇਹ ਕੌਫੀ ਆਹ ਦੇਖੋ ਕੌਫੀ ਕੌਫੀ ਹੈ ਜੀ ਉਰੇ ਤੇ ਹੁਣ ਇੱਥੇ ਇਹ ਕੌਫੀ ਪੀਤੀ ਜਾਊਗੀ ਸੋ ਬਟ ਆਪਾਂ ਨਹੀਂ ਉਹ ਪੀ ਰਹੇ ਹੈਗੇ ਆਪਾਂ ਨੋਰਮਲ ਮਿੱਠੇ ਵਾਲੀ ਇਹਨਾਂ ਨੂੰ ਕਿਹਾ ਵੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜੀ ਸਾਡੀ ਵਧੀਆ ਕੌਫੀ ਆ ਜਿਹਦੇ 'ਚ ਇੰਨਾ ਕੁਛ ਪਿਆ ਉਹ ਕੌਫੀ ਹੈਗੀ ਆ ਸਸਤੀ ਪ੍ਰਾਈਸ ਦੀ ਜਿਹੜੀ ਆ ਪੂਪ ਵਾਲੀ ਇਹਨਾਂ ਜਿਹੜੀ ਪੂਪ ਵਾਲੀ ਇਹਨਾਂ ਦੀ ਕੌਫੀ ਆ ਉਹ ਹੈਗੀ ਆ ਬਹੁਤ ਮਹਿੰਗੀ ਇਹਨਾਂ ਨੇ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨਾਂ ਦੇ ਮਤਲਬ ਇੰਡੀਆ ਦੇ 5-6 ਹਜ਼ਾਰ ਦੇ ਵਿੱਚ ਟੱਟੀ ਵਾਲੀ ਕੌਫੀ ਬਾਕੀ ਵਿੱਚ ਇਸ